ਬਠਿੰਡਾ ਤੋਂ ਲਾਪਤਾ ਹੋਏ ASI ਦੀ ਕਾਰ ਹੁਣ ਪਟਿਆਲਾ ਦੇ ਵਿੱਚ ਮਿਲੀ ਹੈ। ਦੱਸ ਦਈਏ ਕਿ ਪਟਿਆਲਾ ਦੀ ਭਾਖੜਾ ਨਹਿਰ ਦੇ ਕੰਢੇ ਤੇ ASI ਦੀ ਕਾਰ ਮਿਲੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਤੇ ਕੋਟਫੱਤਾ 'ਚ ਤੈਨਾਤ ASI ਪੁਸ਼ਪਿੰਦਰ ਸਿੰਘ ਲਾਪਤਾ ਹੋ ਗਈ ਸੀ ਤੇ ਹੁਣ ਉਹਨਾਂ ਦੀ ਕਾਰ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਤੇ ਮਿਲੀ ਹੈ। ਪਰ ਦੱਸ ਦਈਏ ਕਿ ਪੁਸ਼ਪਿੰਦਰ ਸਿੰਘ ਦਾ ਹਾਲੇ ਕੋਈ ਵੀ ਪਤਾ ਨਹੀਂ ਮਿਲ ਸਕਿਆ। ਗੋਤਾਖੋਰਾਂ ਦੇ ਵੱਲੋਂ ASI ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ASI ਪੁਸ਼ਪਿੰਦਰ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਜੋ ਬਠਿੰਡਾ ਤੋਂ ASI ਲਾਪਤਾ ਹੋਇਆ ਸੀ ਪੁਸ਼ਪਿੰਦਰ ਸਿੰਘ, ਹੁਣ ਉਸਦੀ ਕਾਰ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਤੇ ਮਿਲੀ ਹੈ। ਗੱਡੀ ਦੇ ਅੰਦਰੋਂ ਕੁਝ ਕਾਗਜ਼ਾਤ ਵੀ ਮਿਲੇ ਨੇ ਜਿਸ ਦੀ ਹੁਣ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਤੈਨਾਤ ASI ਪੁਸ਼ਪਿੰਦਰ ਸਿੰਘ ਜੋ ਕਿ ਲਾਪਤਾ ਹੋ ਗਈ ਸੀ, ਲੰਬੇ ਸਮੇਂ ਤੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਉਹਨਾਂ ਦੀ ਕਾਰ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਤੇ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਕਿ ਹੋ ਸਕਦਾ ਹੈ ASI ਪੁਸ਼ਪਿੰਦਰ ਸਿੰਘ ਦੇ ਵੱਲੋਂ ਖੁਦਕੁਸ਼ੀ ਨਾ ਕਰ ਲਈ ਗਈ ਹੋਵੇ ਤੇ ਇਸ ਦੀ ਵੀ ਹੁਣ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜੀ ਸਰ, ਮੇਰਾ ਨਾਮ ਆਸ਼ੂ ਮਲਿਕ ਹੈ, ਮੈਂ ਗੋਤਾਖੋਰਾਂ ਪਟਿਆਲਾ ਤੋਂ। ਅਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਤੀ SHO ਪਸਿਆਣਾ ਰਾਈ ਕਿ ਨਹਿਰ ਦੇ ਕੰਢੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ, ਜਿਹਦੇ ਅੰਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ, ਜੁੱਤੇ, ਹੋਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ। ਔਰ ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਵੇ ਥਾਣੇ ਦੇ ਥੋੜ੍ਹੀ ਜਿਹੀ ਸਾਹਮਣੇ ਅੱਗੇ ਨੂੰ ਜਾ ਕੇ, ਉੱਥੇ ਨਾ ਘਿਸੜ ਦੇ ਨਿਸ਼ਾਨ ਬਣ ਰਹੇ ਨੇ ਅਤੇ ਲੱਗਦਾ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਗਿਰ ਗਏ ਨੇ ਜਾਂ ਸੁਸਾਈਡ ਕਰ ਲਿਆ। ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਾਲੇ, ਆਪਾਂ ਸ਼ੋਰ ਨਹੀਂ ਹਾਂ। ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ, ਜਿਸ ਤਰੀਕੇ ਦੇ ਉਹਨਾਂ ਨੇ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ, ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ, ਤਾਂ ਇਸ ਤਰੀਕੇ ਨਾਲ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਖੜਾ ਦੇ ਅੰਦਰ ਸੁਸਾਈਡ ਕਰ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਕਿ ਬਈ ਉਹ ਬਠਿੰਡੇ ਦੇ ਨੇ, ਰਹਿਣ ਵਾਲੇ ਬਠਿੰਡੇ ਦੇ ਨੇ। ਔਰ ਬਾਕੀ ਹਾਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ, SHO ਪਸਿਆਣਾ ਉਹਨਾਂ ਦੀ ਜਾਂਚ ਕਰ ਰਹੇ ਨੇ, ਕੇਸ ਦੇ IO ਵੀ ਲੱਗੇ ਹੋਏ ਨੇ। ਬਾਕੀ ਦੇਖਦੇ ਹਾਂ, ਜੋ ਵੀ ਹੈ ਗੋਤਾਖੋਰ ਟੀਮ ਆਪਾਂ ਨੇ ਸਾਰੀ ਜਗ੍ਹਾ ਅਲਰਟ ਕਰਤੀ, ਜਿੰਨੇ ਵੀ ਸਾਥੀ ਗੋਤਾਖੋਰ ਸਾਡੇ ਹੈਗੇ ਉਹ ਨਹਿਰ 'ਤੇ ਲੱਗ ਗਏ ਨੇ, ਬੋਡੀ ਦੀ ਭਾਲ ਕਰ ਰਹੇ ਨੇ ਔਰ ਬੋਡੀ ਨੂੰ ਲੱਭ ਰਹੇ ਨੇ। ਤੋ ਜੋ ਵੀ ਕੁਛ ਹੋਏਗਾ ਜ਼ਰੂਰ ਦੱਸਾਂਗੇ। ਬਠਿੰਡਾ ਤੋਂ ਲਾਪਤਾ ਹੋਏ ASI ਦੀ ਕਾਰ ਹੁਣ ਪਟਿਆਲਾ ਦੇ ਵਿੱਚ ਮਿਲੀ ਹੈ। ਦੱਸ ਦਈਏ ਕਿ ਪਟਿਆਲਾ ਦੀ ਭਾਖੜਾ ਨਹਿਰ ਦੇ ਕੰਢੇ ਤੇ ASI ਦੀ ਕਾਰ ਮਿਲੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਤੇ ਕੋਟਫੱਤਾ 'ਚ ਤੈਨਾਤ ASI ਪੁਸ਼ਪਿੰਦਰ ਸਿੰਘ ਲਾਪਤਾ ਹੋ ਗਈ ਸੀ ਤੇ ਹੁਣ ਉਹਨਾਂ ਦੀ ਕਾਰ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਤੇ ਮਿਲੀ ਹੈ। ਪਰ ਦੱਸ ਦਈਏ ਕਿ ਪੁਸ਼ਪਿੰਦਰ ਸਿੰਘ ਦਾ ਹਾਲੇ ਕੋਈ ਵੀ ਪਤਾ ਨਹੀਂ ਮਿਲ ਸਕਿਆ। ਗੋਤਾਖੋਰਾਂ ਦੇ ਵੱਲੋਂ ASI ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ASI ਪੁਸ਼ਪਿੰਦਰ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਜੋ ਬਠਿੰਡਾ ਤੋਂ ASI ਲਾਪਤਾ ਹੋਇਆ ਸੀ ਪੁਸ਼ਪਿੰਦਰ ਸਿੰਘ, ਹੁਣ ਉਸਦੀ ਕਾਰ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਤੇ ਮਿਲੀ ਹੈ। ਗੱਡੀ ਦੇ ਅੰਦਰੋਂ ਕੁਝ ਕਾਗਜ਼ਾਤ ਵੀ ਮਿਲੇ ਨੇ ਜਿਸ ਦੀ ਹੁਣ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਤੈਨਾਤ ASI ਪੁਸ਼ਪਿੰਦਰ ਸਿੰਘ ਜੋ ਕਿ ਲਾਪਤਾ ਹੋ ਗਈ ਸੀ, ਲੰਬੇ ਸਮੇਂ ਤੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਉਹਨਾਂ ਦੀ ਕਾਰ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਤੇ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਕਿ ਹੋ ਸਕਦਾ ਹੈ ASI ਪੁਸ਼ਪਿੰਦਰ ਸਿੰਘ ਦੇ ਵੱਲੋਂ ਖੁਦਕੁਸ਼ੀ ਨਾ ਕਰ ਲਈ ਗਈ ਹੋਵੇ ਤੇ ਇਸ ਦੀ ਵੀ ਹੁਣ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜੀ ਸਰ, ਮੇਰਾ ਨਾਮ ਆਸ਼ੂ ਮਲਿਕ ਹੈ, ਮੈਂ ਗੋਤਾਖੋਰਾਂ ਪਟਿਆਲਾ ਤੋਂ। ਅਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਤੀ SHO ਪਸਿਆਣਾ ਰਾਈ
ਕਿ ਨਹਿਰ ਦੇ ਕੰਢੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ, ਜਿਹਦੇ ਅੰਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ, ਜੁੱਤੇ, ਹੋਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ। ਔਰ ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਵੇ ਥਾਣੇ ਦੇ ਥੋੜ੍ਹੀ ਜਿਹੀ ਸਾਹਮਣੇ ਅੱਗੇ ਨੂੰ ਜਾ ਕੇ, ਉੱਥੇ ਨਾ ਘਿਸੜ ਦੇ ਨਿਸ਼ਾਨ ਬਣ ਰਹੇ ਨੇ ਅਤੇ ਲੱਗਦਾ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਗਿਰ ਗਏ ਨੇ ਜਾਂ ਸੁਸਾਈਡ ਕਰ ਲਿਆ। ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਾਲੇ, ਆਪਾਂ ਸ਼ੋਰ ਨਹੀਂ ਹਾਂ। ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ, ਜਿਸ ਤਰੀਕੇ ਦੇ ਉਹਨਾਂ ਨੇ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ, ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ, ਤਾਂ ਇਸ ਤਰੀਕੇ ਨਾਲ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਕੜਾ ਦੇ ਅੰਦਰ ਸੁਸਾਈਡ ਕਰ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਕਿ ਬਈ ਉਹ ਬਠਿੰਡੇ ਦੇ ਨੇ, ਰਹਿਣ ਵਾਲੇ ਬਠਿੰਡੇ ਦੇ ਨੇ। ਔਰ ਬਾਕੀ ਹਾਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ, SHO ਪਸਿਆਣਾ ਉਹਨਾਂ ਦੀ ਜਾਂਚ ਕਰ ਰਹੇ ਨੇ, ਕੇਸ ਦੇ IO ਵੀ ਲੱਗੇ ਹੋਏ ਨੇ। ਬਾਕੀ ਦੇਖਦੇ ਆ ਜੋ ਵੀ ਹੈ, ਗੋਤਾਖੋਰ ਟੀਮ ਆਪਾਂ ਨੇ ਸਾਰੀ ਜਗ੍ਹਾ ਅਲਰਟ ਕਰਤੀ, ਜਿੰਨੇ ਵੀ ਸਾਥੀ ਗੋਤਾਖੋਰ ਸਾਡੇ ਹੈਗੇ ਉਹ ਨਹਿਰ 'ਤੇ ਲੱਗ ਗਏ ਨੇ, ਬੋਡੀ ਦੀ ਭਾਲ ਕਰ ਰਹੇ ਨੇ ਔਰ ਬੋਡੀ ਨੂੰ ਲੱਭ ਰਹੇ ਨੇ। ਤੋ ਜੋ ਵੀ ਕੁਛ ਹੋਏਗਾ ਜ਼ਰੂਰ ਦੱਸਾਂਗੇ।